ਤਿੰਨ ਫਲ ਹਰੜ ਮੇੜਾ ਤੇ ਆਮ ਔਰ ਤਿੰਨਰ ਸਾਇੰਡ ਜੀ ਜੀਰਾ ਅਜਵਾਇਨ ਤੇ ਸੌ ਹਮ ਔਰ ਇਹਦਾ ਸਭ ਦਾ ਗੁਰੂ ਗੁੜ ਹੁਣ ਤੁਸੀਂ ਕਹੋਗੇ ਗੁੜ ਖਾਣ ਦਾ ਤਰੀਕਾ ਮੋਟਾਪਾ ਵਧੂਗਾ ਜੇ ਮਿੱਠਾ ਖਾ ਲਿਆ ਨਾ ਗੁੜ ਮਿੱਠਾ ਨਹੀਂ ਹੈ ਗੁੜ ਤੁਹਾਡੀ ਬਾਡੀ ਦੀ એનર્ਜੀ ਆ ਮਿੱਠਾ ਤਾਂ ਦਾ ਸੁਭਾਰ ਹੈ ਗੋਡਿਆਂ 'ਚ ਦਰਦ ਹੋਈ ਜਾਂਦਾ ਮੋਢਿਆਂ 'ਚ ਦਰਦ ਹੋਈ ਜਾਂਦਾ ਕਿਸੇ ਨੂੰ ਥਾਇਰਾਇਡ ਹੋਈ ਜਾਂਦਾ ਮਤਲਬ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਡੀ ਡਾਈਟ ਇਨਬੈਲੈਂਸ ਦਾ ਪ੍ਰੋਬਲਮ ਹੈ ਔਰ ਇਹ ਤੁਹਾਨੂੰ ਚਕੰਦਰ ਜੀ ਗਾਜਰ ਮੂਲੀ ਛਿਲਗਮ ਔਰ ਉਹਦੇ ਵਿੱਚ ਪੱਤੇਦਾਰ ਜਿੰਨੇ ਵੀ ਹੈਗੇ ਨੇ ਪੱਤੇ ਗੋਭੀ ਦੇ ਪੱਤੇ ਹੋਰ ਕਈ ਪੱਤੇ ਆਉਂਦੇ ਆ ਉਹ ਸਾਰੇ ਬੱਤੇ ਉੱਤੇ ਪਾ ਕੇ ਬਰੋਕਲੀ ਬਰੋਕਲੀ ਪਾ ਕੇ ਸਲਾਦ ਵਧੀਆ ਜਿਹਾ ਸਵਾਦ ਵੜਾ ਕੇ ਬਿਨਾ ਨਿੰਬੂ ਤੋਂ ਬਿਨਾ ਨਮਕ ਤੋਂ ਖਾਣਾ ਜਿਵੇਂ ਆਪਾਂ ਪਸ਼ੂ ਆਹਾਰ ਕਹਿੰਦੇ ਆ ਉਦਾਂ ਹੀ ਵਸ ਚਬ ਚਬ ਕੇ ਖਾ ਜਾਣਾ ਤੁਸੀਂ ਦੇਖੋ ਚੰਦ ਦਿਨਾਂ ਦੇ ਵਿੱਚ ਪਾਚਨ ਕਰਿਆ ਫਿੱਟ ਹੋ ਜਾਣੀ ਹੈ ਮੇਥੀ ਦਾਣੇ ਔਰ ਕਲੌਜੀ ਹਾਂ ਉਹਦੇ ਵਿੱਚ ਥੋੜੇ ਜੇ ਛੋਲੇ ਬਸ 20 ਇੱਕ ਛੋਲੇ 20 ਦਾਣੇ ਮੇਥੀ ਦੇ 10 ਦਾਣੇ ਕਲੌਜੀ ਦੇ ਇਹਨੂੰ ਰਾਤ ਨੂੰ ਪਾਣੀ ਚ ਪਿਉਓ ਸਵੇਰੇ ਖਾਲੀ ਪੇਟ ਇਹਨੂੰ ਚਬ ਚਬ ਕੇ ਖਾਣਾ ਹਾਂ ਤੇ ਇਹ ਰੁਖਾਂ ਦੇ ਨਾਲ ਤੁਸੀਂ ਦੇਖੋਗੇ ਕਿ ਥੋੜੇ ਜਿਹੇ ਦਿਨਾਂ ਦੇ ਵਿੱਚ ਜਿਹੜਾ ਸਰੀਰ ਚੋਂ ਆਕੜਨ ਜੀ ਰਹਿੰਦੀ ਸੀ ਜਕੜਨ ਜੀ ਰਹਿੰਦੀ ਸੀ ਸਰੀਰ ਦੁਖਦਾ ਸੀ 슈ਗਰ ਦਾ ਲੈਵਲ ਵੱਧ ਜਾਂਦਾ ਸੀ ਟ੍ਰਾਈਗਲਾਈਸਰਾਈਡ ਵਧੀ ਜਾਂਦੇ ਸੀ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਇੰਨੇ ਕੰਟਰੋਲ ਕਰਨਾ ਇੱਕ ਹੋਰ ਮੇਰੀ ਅੱਖ ਜੋੜ ਕੇ ਬੇਨਤੀ ਆ ਵੀ ਰੋਟੀ ਤੋਂ ਤੁਰੰਤ ਬਾਅਦ ਪਾਣੀ ਨਾ ਹੁਣੇ ਬਹੁਤ ਔਖਾ ਕੰਮ ਹੈ ਸਾਰਿਆਂ ਵਾਸਤੇ ਇੱਕ ਐਲੋਗੋ ਜੀ ਗਮਲੇ ਚ ਲਾਓ ਬਹੁਤਾ ਕਰ ਉਹ ਹੀ ਐਲੋਗੋ ਵੀਰਾਂ ਦਾ ਪਲਪ ਕੱਢੋ ਪਲਪ ਕੱਢ ਕੇ ਮੰਨ ਲਓ ਇੱਕ ਕੌਲੀ ਪਲਪ ਕੱਢੀ। ਉਹਦੇ ਵਿੱਚ ਇੱਕ ਗੋਲੀ ਹਲਦੀ ਪਾ ਲਓ। ਉਹਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਵਧੀਆ ਜਿਹਾ ਪੇਸਟ ਬਣਾ ਲਓ। ਉਹ ਪੇਸਟ ਪੂਰਾ ਮੱਥੇ ਤੋਂ ਲੈ ਕੇ ਮੂੰਹ ਤੋਂ ਲੈ ਕੇ ਪੂਰੀ ਬਾਡੀ ਤੇ ਮਰ ਲਓ। ਤੁਸੀਂ ਚੰਦ ਦਿਲਾ ਵਿੱਚ ਦੇਖੋਗੇ ਪੇਸਟ ਲੈਂ ਘਟਣੀ ਸ਼ੁਰੂ ਹੋ ਗਈ। ਨਾਲੇ ਸਕਿਨ ਇੰਨੀ ਗਲੋ ਕਰੂਗੀ। ਨਾਲੇ ਜਿਹੜੇ ਦਰਦ ਦੁਰਦ ਹੁੰਦੇ ਆ ਉਹ ਖਤਮ ਹੋਣਗੇ। ਨਾਲੇ ਜਿਹੜੇ ਸਕਿਨ ਦੇ ਉੱਤੇ ਚਮਕ ਆਉਣੀ ਹੈ ਜਿਵੇਂ ਵਿਆਹ ਤੋਂ ਪਹਿਲਾਂ ਮਹਿੰਦੀ ਹਲਦੀ ਮਲਦੇ ਨੇ ਤੁਸੀਂ ਦੇਖਦੇ ਹੋ ਨਾ ਚੰਗਾ ਆ ਜਾਂਦੇ ਓਵੇਂ ਆਉਗੇ। ਜਿੱਥੇ ਅੱਜ ਦੇ ਸਮੇਂ ਵਿੱਚ ਹਰੇਕ ਇਨਸਾਨ ਜ਼ਿੰਦਗੀ ਵਿੱਚ ਇੱਕ ਚੰਗਾ ਮੁਕਾਮ ਪਾਣਾ ਚਾਹੁੰਦਾ ਉੱਥੇ ਹੀ ਆਪਣੇ ਆਪ ਨੂੰ ਫਿੱਟ ਵੀ ਬੜਾ ਦੇਖਣਾ ਚਾਹੁੰਦਾ ਹੈ ਅ ਬਚਪਨੇ ਤੋਂ ਬਾਅਦ ਜਵਾਨੀ ਵਿੱਚ ਆਂਦਾ ਹੈ ਤੇ ਜਵਾਨੀ ਤੋਂ ਬਾਅਦ ਉਸ ਦੀ ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਪਤਲੇ ਹੋਣ ਦੇ ਨੁਸਖੇ ਅਪਣਾਉਣ 'ਚ ਲੱਗ ਜਾਂਦਾ ਹੈ ਕਦੇ ਜਿਮ ਜਾਂਦੇ ਆ ਸਵੇਰ ਉੱਠ ਕੇ ਐਕਸਰਸਾਈਜ਼ ਕਰਦੇ ਆ ਯੋਗਾ ਕਰਦੇ ਆ ਖਾਣ ਪੀਣ ਦਾ ਵੀ ਬਹੁਤ ਏhtਿਆਤ ਕਰਦੇ ਆ ਪਰ ਫਿਰ ਵੀ ਮੋਟਾਪਾ ਖਤਮ ਕਿਉਂ ਨਹੀਂ ਹੁੰਦਾ ਸੋ ਅੱਜ ਤੁਹਾਨੂੰ ਅੱਜ ਬੜੇ ਹੀ ਤਰੀਕੇ ਦੇ ਨਾਲ ਤੇ ਬਹੁਤ ਵਧੀਆ ਘਰੇਲੂ ਨੁਸਖੇ ਦੱਸਾਂਗੇ ਤੇ ਇਸੇ ਲਈ ਅਸੀਂ ਖਾਸੌਰ ਤੇ ਪਹੁੰਚੇ ਆ ਜ ਇੱਕ ਆਰਗੇਨਾਈਜੇਸ਼ਨ ਦੇ ਐਮ ਡੀ ਮਿਸਟਰ ਸੁਭਾਸ਼ ਗੋਇਲ ਜੀ ਦੇ ਕੋਲ ਬਹੁਤ ਬਹੁਤ ਸਵਾਗਤ ਹੈ ਸਰ ਸਤਿ ਸ੍ਰੀ ਅਕਾਲ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਔਰ ਜਿੰਨੇ ਵੀ ਲੋਕ ਆਪਣਾ ਚੈਨਲ ਦੇਖ ਰਹੇ ਆ ਸਾਰਿਆਂ ਨੂੰ ਬਹੁਤ ਹੀ ਸਤਿਕਾਰ ਭਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਗੋਇਲ ਸਾਹਿਬ ਦੇਖੋ ਜਦ ਆਪਾਂ ਅੱਜ ਦੀ ਗੱਲ ਕਰੀਏ ਆਪਾਂ ਪਿਛਲੇ ਸਾਲ ਤੱਕ ਦੀ ਆਪਣੀ ਫੋਟੋ ਦੇਖਦੇ ਆ ਆਪਾਂ ਕਹਿੰਦੇ ਆ ਲੈ ਉਦੋਂ ਤਾਂ ਮੈਂ ਪਤਲਾ ਸੀ ਅੱਜ ਮੈਨੂੰ ਕੀ ਹੋ ਗਿਆ ਫਿਰ ਅਗਲੇ ਸਾਲ ਦੇਖਦੇ ਆ ਪਿਛਲੇ ਤਾਂ ਲੱਗਦਾ ਜੀ ਅਸੀਂ ਹੁਣ ਫਿੱਟਾ ਹੋਰ ਮੋਟੇ ਹੋ ਗਏ ਪਹਿਲਾਂ ਠੀਕ ਸੀ ਇਹ ਹ ਕੀ ਕਾਰਨ ਨੇ ਤੇ ਕੀ ਕਰਨਾ ਚਾਹੀਦਾ ਫਿਟ ਰਹਿਣ ਦੇ ਲਈ ਦੇਖੋ ਜੋ ਸਾਡੀ ਬੋਡੀ ਦੀ ਰਿਕੁਆਇਰਮੈਂਟ ਆ ਜੋ ਸਾਡੀ ਡਾਈਟ ਦੀ ਰਿਕੁਆਇਰਮੈਂਟ ਆ ਉਹ ਤਾਂ ਸਰੀਰ ਨੂੰ ਅਸੀਂ ਡੇਲੀ ਦੇਣਾ ਹੀ ਦੇਣਾ ਨਾ ਹਾਂ ਚਾਹੇ ਆਪਾਂ ਦੋ ਚਪਾਤੀ ਖਾਂਦੇ ਆਂ ਚਾਹੇ ਆਪਾਂ 10 ਚਪਾਤੀ ਖਾਦੇ ਆਂ ਚਾਹੇ ਆਪਾਂ ਚਾਵਲ ਇੱਕ ਕਟੋਰੀ ਖਾਂਦੇ ਆਂ ਚਾਹੇ ਆਪਾਂ ਚਾਰ ਕਟੋਰੀ ਖਾਂਦੇ ਆਂ ਦਹੀਂ ਇੱਕ ਕਟੋਰੀ ਪੀਂਦੇ ਆਂ ਚਾਹੇ 10 ਕਟੋਰੀ ਲੈ ਉਹ ਸਾਡੀ ਬੋਡੀ ਦੀ ਰਿਕੁਆਇਰਮੈਂਟ ਆ ਹਾਂਜੀ ਉਹ ਤਾਂ ਡੇਲੀ ਅਸੀਂ ਲੈ ਰਹੇ ਆਂ ਪਰ ਅਸੀਂ ਐਕਟੀਵਿਟੀ ਕੋਈ ਨਹੀਂ ਕਰਦੇ ਨਾ ਕੋਈ ਐਕਸਰਸਾਈਜ਼ ਨਾ ਕੋਈ ਸੈਰ ਹੁਣ ਸਵੇਰੇ ਤੁਸੀਂ ਪਾਰਕ ਵਿੱਚ ਚਲੇ ਜਾਓ ਤੇ ਉੱਥੇ ਪਾਰਕ ਦੇ ਆਲੇ-ਦੁਆਲੇ ਜਿਹੜੀ ਆਬਾਦੀ ਹੁੰਦੀ ਆ ਉਹ ਆਬਾਦੀ ਹੈਗੀ ਆ ਘੱਟੋ-ਘੱਟ ਲੱਖ ਸਵਾ ਲੱਖ ਦੀ ਤੇ ਉੱਥੇ ਜਿਹੜੇ ਸੈਰ ਕਰਨ ਵਾਲੇ ਹੁੰਦੇ ਆ ਉਹ ਹੁੰਦੇ ਮਸਾ 100 150 ਤੇ ਕੀ ਹੋਇਆ ਜੀ ਊਂਟ ਦੇ ਮੂੰਹ ਚ ਜੀਰੇ ਜਿੰਨੇ ਲੋਕ ਮਤਲਬ ਉਥੇ ਸੈਰ ਕਰ ਰਹੇ ਆ ਬਾਕੀ ਘਰਾਟੇ ਮਾਰ ਰਹੇ ਆ ਪਰੌਂਟੇ ਖਾ ਰਹੇ ਆ ਕੋਈ ਬਰਸ਼ ਮੂੰਹ ਚ ਫਸਾਈ ਫਿਰਦਾ ਹੈ ਕੋਈ ਮੁੰਡੇ ਦੇ ਤੌਲੀਆ ਟੰਗੀ ਭਾਜੜ ਭਾਜੜ ਪਈ ਹੋਈ ਆ ਤੇ ਮਤਲਬ ਕਹਿਣ ਦਾ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਕਰਕੇ ਵੀ ਉਹ ਜਿਹੜੀ ਫੈਟ ਹੈ ਬਾਡੀ ਚ ਡਿਪੋਜ਼ਿਟ ਹੋਈ ਜਾਂਦੀ ਆ ਗੋਡਿਆਂ ਚ ਦਰਦ ਹੋਈ ਜਾਂਦਾ ਮੋਢਿਆਂ ਚ ਦਰਦ ਹੋਈ ਜਾਂਦਾ ਕਿਸੇ ਨੂੰ ਥਾਇਰਾਇਡ ਹੋਈ ਜਾਂਦਾ ਮਤਲਬ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਡੀ ਡਾਈਟ ਇਨ ਬੈਲੈਂਸ ਦਾ ਪ੍ਰੋਬਲਮ ਹੈ ਅਸੀਂ ਡਾਈਟ ਨੂੰ ਬੈਲੈਂਸ ਕਰਕੇ ਨਹੀਂ ਚੱਲਦੇ ਅੱਛਾ ਸਭ ਤੋਂ ਵੱਡਾ ਜਿਹੜਾ ਨੁਸਖਾ ਮੈਂ ਤੁਹਾਨੂੰ ਦੱਸ ਦਿੰਦਾ ਘਰੇ ਅਜ਼ਮਾ ਕੇ ਦੇਖ ਲਓ ਔਰ ਸਿੰਪਲ ਜਿਹਾ ਨੁਸਖਾ ਹੈ ਜਿਹੜਾ ਮੈਨੂੰ ਤਾਂ ਹੋ ਗਿਆ ਮੇਰਾ ਖਿਆਲ ਹੈ ਵੀ 20-22 ਸਾਲ ਜਮਾਉਂਦੇ ਨੂੰ ਇਹ ਤੁਹਾਡੇ ਮੁਰੇ ਉਹ ਜਿਹੀਆਂ ਜਿਹੜੇ 22 ਸਾਲ ਪਹਿਲਾਂ ਸਿਹਤ ਸੀ ਉਹ ਜਿਹਾ ਹੋਣਾ ਨਾ ਉਹ ਤੇ ਮੋਟੇ ਪਹਿਲਾਂ ਸੀ ਨਾ ਹੋਣਾ ਤੇ ਮਤਲਬ ਕਹਿਣ ਦਾ ਉਹ ਇੱਕ ਨੁਸਖਾ ਜੀ ਮੇਥੀ ਦਾਣਾ ਔਰ ਕਲੌਂਜੀ ਹੂੰ ਉਹਦੇ ਵਿੱਚ ਥੋੜੇ ਜੇ ਛੋਲੇ ਮਤਲਬ 20 ਇੱਕ ਛੋਲੇ 20 ਕ ਦਾਣੇ ਮੇਥੀ ਦੇ 10 ਕ ਦਾਣੇ ਕਲੌਂਜੀ ਦੇ ਇਹਨੂੰ ਰਾਤ ਨੂੰ ਪਾਣੀ ਚ ਭਿਉਂ ਦੋ ਸਵੇਰੇ ਖਾਲੀ ਪੇਟ ਇਹਨੂੰ ਚਬ ਚਬ ਕੇ ਖਾਣਾ ਹੂੰ ਤੇ ਇਹਨੂੰ ਖਾਣ ਦੇ ਨਾਲ ਤੁਸੀਂ ਦੇਖੋਗੇ ਕਿ ਅ ਥੋੜੇ ਜੇ ਦਿਨਾਂ ਦੇ ਵਿੱਚ ਜਿਹੜਾ ਸਰੀਰ ਚੋਂ ਆਕੜਨ ਜੀ ਰਹਿੰਦੀ ਸੀ ਜਕੜਨ ਜੀ ਰਹਿੰਦੀ ਸੀ ਸਰੀਰ ਦੁਖਦਾ ਸੀ 슈ਗਰ ਦਾ ਲੈਵਲ ਵੱਜ ਜਾਂਦਾ ਸੀ ਟ੍ਰਾਈਗਲਿਸਰਾਈਡ ਵਧੀ ਜਾਂਦੇ ਸੀ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਇਹਨੇ ਕੰਟਰੋਲ ਕਰਨਾ ਪਰ ਇਹਨੂੰ ਲਗਾਤਾਰ ਖਾਣਾ ਸਿਰਫ ਇੱਕ ਦਿਨ ਛੱਡ ਦੋ ਹਫਤੇ ਚ 7 ਦਿਨ ਹੁੰਦੇ ਨੇ 6 ਦਿਨ ਖਾਣਾ 1 ਦਿਨ ਬੰਦ ਕਰ ਦੋ ਸਾਲ ਦੇ ਵਿੱਚ ਆਪਾਂ ਨੇ 54 ਦਿਨ ਨਹੀਂ ਖਾਇਆ ਸਮਝ ਲਓ 300 ਦਿਨ ਖਾ ਲਿਆ ਤਾਂ 310 ਦਿਨ ਖਾ ਲਿਆ ਮਤਲਬ ਕਹਿਣ ਦਾ ਕਿ ਇਹ ਇਸ ਤਰ੍ਹਾਂ ਕਰਕੇ ਜਦੋਂ ਤੁਸੀਂ ਖਾਂਦੇ ਰਹੋਗੇ 20 ਸਾਲ ਦਾ ਸਾਲ ਤਾਂ ਇਹ ਤੁਹਾਡੀ ਇੱਕ ਹਿੱਸਾ ਬਣ ਜਾਏਗਾ ਡਾਈਟ ਦਾ ਤੇ ਇਹਨੇ ਤੁਹਾਡੇ ਪਾਚਨ ਕਿਰਿਆ ਨੂੰ ਠੀਕ ਕਰ ਦੇਣਾ ਹੂੰ ਦੂਜੀ ਚੀਜ਼ ਵੱਡੀ ਹੋਰ ਦੱਸ ਦਿੰਨਾ ਉਹ ਹੈਗਾ ਸਾਡੇ ਕੋਲੇ ਤਿੰਨ ਫਲ ਹੰਡ ਬੇਹੜਾ ਤੇ ਆਮਲਾ ਔਰ ਤਿੰਨ ਅਰ ਸਾਈਂ ਜੀ ਜੀਰਾ ਅਜਵਾਇਨ ਤੇ ਸੌਫ ਹੂੰ ਔਰ ਇਹਨਾਂ ਸਭ ਦਾ ਗੁਰੂ ਗੁਣ ਹੁਣ ਤੁਸੀਂ ਕਹੋਗੇ ਗੁੜ ਖਾਣ ਦਾ ਤਰੀਕਾ ਮੋਟਾਪਾ ਵਧੂਗਾ ਜੇ ਮਿੱਠਾ ਖਾਣਿਆ ਨਾ ਗੁੜ ਮਿੱਠਾ ਨਹੀਂ ਹੈਗਾ ਹੂੰ ਗੁੜ ਤੁਹਾਡੀ ਬੋਡੀ ਦੀ એનર્ਜੀ ਆ ਮਿੱਠਾ ਤਾਂ ਦਾ ਸੁਭਾਅ ਹੈ ਉਹਨੂੰ ਜਦੋਂ ਤੁਸੀਂ ਸਵੇਰੇ ਸਵੇਰੇ ਖਾਓਗੇ ਜਾਂ ਰੋਟੀ ਤੋਂ 15 ਮਿੰਟ ਪਹਿਲਾਂ ਖਾਣਾ ਆਪਣੀ ਕੀ ਆਦਤ ਹੈ ਰੋਟੀ ਖਾ ਕੇ ਗੁੜ ਖਾਣੇ ਆ ਹੂੰ ਉਹ ਗਲਤ ਹੈ ਰੋਟੀ ਤੋਂ ਪਹਿਲਾਂ ਗੁੜ ਖਾਓ ਜਦੋਂ ਸਾਨੂੰ ਰੋਟੀ ਖਾਣ ਦੀ ਭੁੱਖ ਲੱਗਦੀ ਹੈ ਇਟ ਮੀਨ ਜ ਸਾਡੇ ਅੰਦਰ ਜਠ ਰਗਣੀ ਪੈਦਾ ਹੁੰਦੀ ਆ ਜਠ ਰਗਣੀ ਦੇ ਉੱਤੇ ਜਦੋਂ ਗੁੜ ਦਾ ਤਰਲ ਪਦਾਰਤ ਮੂੰਹ ਚੋ ਘੁਲ ਕੇ ਪੈਂਦਾ ਹੈ ਤਬ ਭੁੱਖ ਬਹੁਤ ਤੇਜ਼ ਹੋ ਜਾਂਦੀ ਹੈ ਉਹ ਜਿਹੜੀ ਭੁੱਖ ਲੱਗਣੀ ਹੈ ਉਹਨੇ ਤੁਹਾਡੀ ਬਾਡੀ ਚ ਫੈਟ ਪੈਦਾ ਨਹੀਂ ਜੋ ਤੁਸੀਂ ਖਾਣੇ ਚ ਖਾਓਗੇ ਉਹਨੇ ਉਹਨੂੰ ਨਾਲ ਦੀ ਨਾਲ ਡਾਈਜੈਸਟ ਕਰ ਦੇਣਾ ਇੱਕ ਹੋਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਰੋਟੀ ਤੋਂ ਤੁਰੰਤ ਬਾਅਦ ਪਾਣੀ ਨਾ ਪੀਓ ਹੁਣ ਇਹ ਬਹੁਤ ਔਖਾ ਕੰਮ ਹੈ ਸਾਰਿਆਂ ਵਾਸਤੇ ਵੀ ਪਾਣੀ ਨਾ ਪੀਏ ਹੋਰ ਕੀ ਕਰੀਏ ਸਾਨੂੰ ਤਾਂ 20 ਸਾਲ ਦੀ ਆਦਤ ਹੈ ਗੁਇਲ ਸਾਹਿਬ ਤੁਸੀਂ ਤਾਂ ਆਪ ਦਾ ਮਾਰਕਟ ਨਿਕਲ ਜਾਂਦੇ ਹੋ ਰੇਡੀਓ ਤੇ ਗੱਲ ਟੀਵੀ ਤੇ ਪਰ ਅਸੀਂ ਕਿੱਧਰ ਨੂੰ ਜਾਈਏ ਤੁਸੀਂ ਜਾਓ ਦੂਜੇ ਪਾਸੇ ਮਨ ਦਾ ਕੀ ਸਮਝਾਉਣਾ ਇੱਥੋਂ ਪਟਣਾ ਉੱਥੇ ਲਾਉਣਾ ਸਿੱਧਾ ਜਿਹਾ ਕੰਮ ਕਰੋ ਕਿ ਜਦੋਂ ਤੁਸੀਂ ਪਾਣੀ ਪੀਣ ਦਾ ਜੀ ਕਰਦਾ ਤੁਸੀਂ ਥੋੜਾ ਜਿਹਾ ਜੂਸ ਪੀ ਲਓ ਕੋਈ ਸਰਬਤ ਪੀ ਲਓ ਬਣਾ ਕੇ ਰੱਖ ਲਓ ਤੁਸੀਂ ਅੱਛਾ ਜ਼ਿਆਦਾ ਕਰੋ ਲੱਸੀ ਪੀ ਲਓ ਇਹ ਜਿਹੜੀਆਂ ਚੀਜ਼ਾਂ ਨੇ ਇਹ ਤੁਹਾਡੇ ਫੂਡ ਦਾ ਇੱਕ ਅੰਗ ਬਣ ਜਾਂਦੀਆਂ ਨੇ ਇੰਦਾਂ ਦਾ ਪਾਣੀ ਵਾਲਾ ਕੰਮ ਖਤਮ ਕਿਉਂਕਿ ਇਹਦੇ ਫੂਡ ਦੇ ਜਦੋਂ ਪਚਦਾ ਪਾਚਨ ਕਿਰਿਆ ਸਟਾਰਟ ਹੁੰਦੀ ਹੈ ਤਾਂ ਅਸੀਂ ਜੇ ਉੱਤੇ ਪਾਣੀ ਪਾ ਦਈਏ ਬਲ ਦੀ ਅੱਗ ਦੇ ਉੱਤੇ ਤਾਂ ਉਹ ਬੁਝੂਗੀ ਬੁਝੂਗੀ ਤਾਂ ਧੂਆ ਨਿਕਲੂ ਧੂਆ ਨਿਕਲੂ ਤਾਂ ਪੇਟ ਗੈਸ ਕਬਲ ਐਸਿਡਿਟੀ ਦਾ ਇਹ ਸਾਰੀਆਂ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਨੇ ਪਾਣੀ ਪੀਣ ਨਾਲ ਔਰ ਉਸੇ ਕਰਕੇ ਸਾਡੀ ਨਿਕਲ ਜਾਂਦੀ ਹੈ ਤੂੰਦ ਹੁਣ ਪੰਚਮ ਗੋਂਦ ਘਟਾਏ ਤੂੰਦ ਪੰਚਮ ਗੋਂਦ ਜਿਹੜਾ ਇਹ ਆਪਣੀ ਜਗ੍ਹਾ ਗੋਂਦ ਚਲਗੋਜ਼ਾ ਗੋਂਦ ਮਰੀਂਗਾ ਗੋਂਦ ਪਿੱਪਲ ਗੋਂਦ ਕਿੱਕਰ ਗੋਂਦ ਨਿੰਮ ਇਹ ਪੰਜ ਨਿੰਮਾਂ ਤੋਂ ਬਣਿਆ ਹੋਇਆ ਗੋਂਦ ਹੈ ਇਹਦੇ ਤੋਂ ਸਾਡੇ ਕੈਪਸੂਲ ਵੀ ਬੰਦਿਆ ਜਿਨ੍ਹਾਂ ਲੋਕਾਂ ਨੂੰ ਸਾਡੇ ਬੱਚਿਆਂ ਦੀ ਚਿੰਤਾ ਬਿਊਲਰ ਗੋਇਲ ਜਾਨ ਨੇ ਵੀ ਬੱਚੇ ਪਾਲ ਲਿਆ ਉਹ ਸਾਡੇ ਕੋਲੋਂ ਮੰਗਾ ਲੈਂਦੇ ਆ ਨਹੀਂ ਤਾਂ ਘਰੇ ਬਣਾ ਕੇ ਖਾਂਦੇ ਆ ਉਹਨੂੰ ਆਪਣੇ ਬੱਚਿਆਂ ਦੀ ਚਿੰਤਾ ਸੀ ਉਹਨਾਂ ਲਈ ਵੀ ਦੁਆ ਕਰਦੇ ਆ ਪਰ ਇਹ ਜਿਹੜੀ ਚੀਜ਼ ਆ ਇਹ ਲੈਣਾ ਬਹੁਤ ਜ਼ਰੂਰੀ ਹੈ ਜਦ ਤੱਕ ਤੁਹਾਡਾ ਮਿਹਦਾ ਤੁਹਾਡਾ ਲੀਵਰ ਸਵਸਥ ਨਹੀਂ ਹੈਗਾ ਤੁਸੀਂ ਮੋਟੇ ਹੁੰਦੇ ਜਾਓਗੇ ਹੁਣ ਜਿਵੇਂ ਜੀਰਾ ਅਜਵਾਇਨ ਤੇ ਸੌਫ ਤੁਸੀਂ ਪੁੱਛੋਗੇ ਕਮੈਂਟ ਚ ਵੀ ਕਿਵੇਂ ਲੈਣਾ ਮੈਂ ਹੁਣੇ ਹੀ ਦੱਸ ਦਿੰਦਾ ਬਈ ਬਾਅਦ ਚ ਟਾਈਮ ਨਹੀਂ ਹੁੰਦਾ ਜੀ ਇਹ ਤਿੰਨੇ ਚੀਜ਼ਾਂ ਨੂੰ ਤਵੇ ਤੇ ਰੋਸਟ ਕਰਕੇ ਪਾਊਡਰ ਬਣਾ ਲਓ ਗੁੜ ਪਹਿਲਾਂ ਖਾਣਾ ਰੋਟੀ ਤੋਂ ਇਹ ਤਿੰਨ ਚੀਜ਼ਾਂ ਦਾ ਰੋਸਟ ਪਾਊਡਰ ਜਿਹੜਾ ਹੈਗਾ ਇਹ ਖਾਣਾ ਖਾਣ ਤੋਂ 15 ਮਿੰਟ ਬਾਅਦ ਖਾਣਾ ਤੁਸੀਂ ਚੰਦ ਦਿਨਾਂ 'ਚ ਦੇਖੋਗੇ ਕਿ ਜਿਹੜਾ ਦਿਨ ਪ੍ਰਤੀ ਦਿਨ ਮੋਟਾਪਾ ਵੱਧ ਰਿਹਾ ਸੀ ਇੱਕ ਤਾਂ ਸਟਾਪ ਹੋ ਗਿਆ ਹੌਲੀ-ਹੌਲੀ ਦੇਖੋਗੇ ਦੋ ਤਿੰਨ ਮਹੀਨਿਆਂ 'ਚ ਘਟਣਾ ਸ਼ੁਰੂ ਹੋ ਗਿਆ ਇੱਕ ਹੋਰ ਮੈਂ ਤੁਹਾਨੂੰ ਕੀ ਦੱਸਿਆ ਸੀਗਾ ਗੋੰਦ ਪੰਚਮ ਗੋੰਦ ਉਸ ਤੋਂ ਬੜੀ ਬੜੀਆ ਚੀਜ਼ ਆ ਇੱਕ ਇੱਕ ਕੈਪਸੂਲ 11 ਵਜੇ ਇੱਕ ਕੈਪਸੂਲ ਰਾਤ ਨੂੰ 5-6 ਵਜੇ ਸ਼ਾਮ ਨੂੰ ਲੈਣਾ ਪਾਣੀ ਨਾਲ ਉਹ ਵੀ weight ਘਟਾਉਣ ਚ ਵੀ ਫਾਇਦੇਮੰਦ ਹੈ ਔਰ ਸਰੀਰ ਨੂੰ energetic ਬਣਾਉਣ ਚ ਵੀ ਫਾਇਦੇਮੰਦ ਹੈ ਔਰ ਫਿਰ ਇੱਕ ਮੈਂ ਦੱਸਿਆ ਸੀ ਤੁਹਾਨੂੰ ਤਿੰਨ ਫਲਾਂ ਦਾ ਤ੍ਰਿਫਲਾ ਜੀ ਤ੍ਰਿਫਲਾ ਪਾਊਡਰ ਤ੍ਰਿਫਲਾ ਚੰਦਨ ਇਹ ਮੈਂ ਤੁਹਾਨੂੰ ਦੱਸਾਂ ਤ੍ਰਿਫਲਾ ਦੇ ਵਿੱਚ ਚੰਦਨ ਪਾਊਡਰ ਮਿਕਸ ਕਰੋ ਤ੍ਰਿਫਲਾ ਲੈਣਾ ਤੁਸੀਂ 90 ਗ੍ਰਾਮ 10 ਗ੍ਰਾਮ ਚੰਦਨ ਪਾਊਡਰ ਇਹ ਆਪਣੇ ਕੋਲੇ ਵੀ ਬਣਦਾ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਹਰੜ ਬੇੜਾ ਤੇ ਆਮਲਾ ਹਰੜ 100 ਗ੍ਰਾਮ ਬੇੜਾ 200 ਗ੍ਰਾਮ ਆਮਲਾ 400 ਗ੍ਰਾਮ 700 ਗ੍ਰਾਮ ਹੋ ਗਿਆ ਇਹਦੇ ਵਿੱਚ ਬਾਕੀ ਬਚਦਾ ਤੁਸੀਂ ਪਾਉਣਾ ਚੰਦਨ ਇਦੇ ਨਾਲ ਕੀ ਹੋਣਾ ਚੰਦਨ ਤੇ ਪ੍ਰਵਾਲ ਪਾ ਲੋ ਬੇਸ਼ੱਕ ਜਿਗਰ ਦੀ ਗਰਮੀ ਖਤਮ ਕਰ ਦਿੰਦੀ ਹੈ ਇਦੇ ਨਾਲ ਕੀ ਹੋਣਾ ਡੇ ਬਾਏ ਡੇ ਤੁਹਾਡਾ weight ਘਟੂਗਾ ਤੁਸੀਂ ਲਾਈਫਟਾਈਮ ਯਾਦ ਕਰੋਗੇ ਕਿ ਵਾਕਈ ਗੋਇਲ ਸਾਹਿਬ ਨੇ ਕੁਝ ਨੁਸਖੇ ਦੱਸੇ ਸੀਗੇ ਜਿਹੜੇ ਬਹੁਤ ਕਾਮਯਾਬ ਨੇ ਅਜਮਾਇਆ ਕਰੋ ਮੈਂ ਉਹ ਨੁਸਖੇ ਸ਼ੇਅਰ ਕਰਦਾ ਹੁਣਾਂ ਜਿਨ੍ਹਾਂ ਦੀ ਤੁਹਾਨੂੰ ਬਹੁਤ ਲੋੜ ਵੀ ਹੈ ਪਰ ਜਿਨ੍ਹਾਂ ਨੂੰ ਬਹੁਤਾ ਸੋਚਣ ਦੀ ਲੋੜ ਨਹੀਂ ਸ਼ੁਰੂ ਕਰੋਗੇ ਫਾਇਦੇ ਹੋਣੇ ਹੀ ਹੋਣੇ ਆ ਔਰ ਇੱਕ ਚਕੰਦਰ ਜੀ ਗਾਜਰ ਮooli ਸ਼ਿਲਗਮ ਔਰ ਉਹਦੇ ਵਿੱਚ ਪੱਤੇਦਾਰ ਜਿੰਨੇ ਵੀ ਹੈਗੇ ਨੇ ਪੱਤੇ ਗੋਭੀ ਦੇ ਪੱਤੇ ਹੋਰ ਕਈ ਪੱਤੇ ਆਉਂਦੇ ਆ ਉਹ ਸਾਰੇ ਪੱਤੇ-ਪੁੱਤੇ ਪਾ ਕੇ ਬਰੋਕਲੀ ਬਰੋਕਲੀ ਪਾ ਕੇ ਸਲਾਦ ਵਧੀਆ ਜਿਹਾ ਸਵਾਦ ਬਣਾ ਕੇ ਬਿਨਾ ਨਿੰਬੂ ਤੋਂ ਬਿਨਾ ਨਮਕ ਤੋਂ ਖਾਣਾ ਜਿਵੇਂ ਆਪਾਂ ਪਸ਼ੂ ਆਹਾਰ ਕਹਿੰਦੇ ਆ ਉਦਾਂ ਹੀ ਬਸ ਚੱਬ-ਚੱਬ ਕੇ ਖਾ ਜਾਣਾ ਤੁਸੀਂ ਦੇਖੋ ਚੰਦ ਦਿਨਾਂ ਦੇ ਵਿੱਚ ਪਾਚਨ ਕਿਰਿਆ ਫਿੱਟ ਹੋ ਜਾਣੀ ਹੈ ਔਰ ਜਿਹੜੀ ਫालतू ਚਰਬੀ ਸਰੀਰ ਦੀ ਘਟਣੀ ਸ਼ੁਰੂ ਹੋ ਜਾਣੀ ਹੈ ਜਿੰਮਾ-ਜੁੰਮਾ ਦੇ ਵਿੱਚ ਜਾ ਕੇ ਜਾਓ ਮੈਂ ਕਹਿੰਦਾ ਉਹ ਐਕਸਰਸਾਈਜ਼ ਕਰਨ ਲਈ ਜਾਓ ਸੇਹਦ ਬਣਾਉਣ ਲਈ ਨਹੀਂ ਜਾਣਾ ਐਕਸਰਸਾਈਜ਼ ਕਰੋ ਸੇਹਦ ਆਪੀ ਬਣ ਜਾਂਦੀ ਹੈ ਲੇਕਿਨ ਉਥੇ ਜਿਮਾਂ 'ਚ ਜਾ ਕੇ ਜਿਹੜਾ ਅਸੀਂ ਵਜ਼ਨ ਘਟਾਉਣ ਦੀ ਕੋਸ਼ਿਸ਼ ਕਰਦੇ ਆ ਇਹ ਜਿਹੜੇ ਮੈਂ ਤੁਹਾਨੂੰ ਨੁਸਖੇ ਦੱਸੇ ਨੇ ਜਮਾ ਕੇ ਦੇਖਿਓ ਲੱਖਾਂ ਲੋਕਾਂ ਤੇ ਅਜ਼ਮਾਏ ਹੋਏ ਨੇ ਔਰ ਫਿਲਮ ਇੰਡਸਟਰੀ ਦੇ ਵਿੱਚ ਤਾਂ ਇਹ ਮੈਂ ਅਕਸਰ ਦੱਸਦਾ ਰਹਣਾ ਔਰ ਉਹ ਸਾਰੇ ਜਣੇ ਅਜ਼ਮਾਉਂਦੇ ਵੀ ਆ ਔਰ ਇਹਨਾਂ ਦੇ ਫਾਇਦੇ ਕੀ ਹੁੰਦੇ ਆ ਜੀ ਬਿਲਕੁਲ ਤੇ ਬੜੇ ਹੀ ਖਾਸ ਨੁਸਖੇ ਅੱਜ ਤੁਹਾਨੂੰ ਵੀ ਮਿਲ ਗਏ ਨੇ ਤੇ ਜਿਹੜੇ ਬਹੁਤ ਚਿਰਾਂ ਤੋਂ ਮੈਂ ਵੀ ਖੁਦ ਅਜ਼ਮਾਉਂਗੀ ਇਹ ਮੈਂ ਖੁਦ ਆਪਣਾ weight ਘਟਾਣਾ ਚਾਹੁੰਦੀ ਆ ਤੇ ਪਰ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਇਹ ਤਾਂ ਕਰੇਲੂ ਨੁਸਖੇ ਰਸੋਈ ਦੇ ਵਿੱਚੋਂ ਹੀ ਤੁਸੀਂ ਦੱਸਦਾ ਕਿ ਬੜੇ ਆਮ ਨਾਲ ਕੋਈ ਵੀ ਪਤਲਾ ਹੋ ਸਕਦਾ ਹੋਂ ਤੇ ਪਰ ਆਪਾਂ ਮਾਰਕੀਟ ਵਿੱਚ ਕਈ ਵਾਰ ਦੇਖਦੇ ਆਂ ਕਈ ਤਰ੍ਹਾਂ ਦੇ ਐਸੇ ਪ੍ਰੋਡਕਟ ਹੁੰਦੇ ਨੇ ਕੁਝ ਜੈਲ ਕੋਈ ਤੇਲ ਗੋਲੀਆਂ ਪਾਊਡਰ ਇਹ ਚੀਜ਼ਾਂ ਦਾ ਕਿੰਨਾ ਕੋ ਨੁਕਸਾਨ ਆ ਕਿੰਨਾ ਕੋ ਫਾਇਦਾ ਹੋ ਸਕਦਾ ਕਿਉਂਕਿ ਕਈ ਪਤਲੇ ਵੀ ਹੁੰਦੇ ਨੇ ਜਿਵੇਂ ਉਹ ਖਾਣਾ ਛੱਡਦੇ ਨੇ ਉਸ ਬਾਅਦ ਮੋਟਾਪਾ ਫ ਉਹ ਕੈਮੀਕਲ ਹੈ ਜੀ। ਜੀ। ਦੇਖੋ ਕੋਈ ਵੀ ਚੀਜ਼ ਜਿਹੜੀ ਮਾਰਕੀਟ 'ਚ ਪਈ ਹੈ ਉਹ ਚਾਹੇ ਮਠਿਆਈ ਹੈ ਚਾਹੇ ਸਬਜ਼ੀ ਹੈ ਚਾਹੇ ਕੁਝ ਵੀ ਹੈ ਜਿਹੜੀ ਮਤਲਬ ਕਿ 15 ਦਿਨ ਰਹਿ ਸਕਦੀ ਹੈ ਤਾਂ ਇਟ ਮੀਨ ਜੋ 'ਚ ਕੁਝ ਨਾ ਕੁਝ ਗੜਬੜ ਹੈ। ਹਮ ਤਾਂ ਉਹਦੇ ਚਲੋ ਲਈ ਜਾਂਦੇ ਨੇ ਲੋਕ ਲਈ ਜਾਇਆ ਕਰੋ ਪਰ ਇੱਕ ਐਲੋਵੀਰਾ ਜੀ ਗਮਲੇ 'ਚ ਲਾ ਲਓ। ਹਮ ਬਹੁਤਾ ਕਰ ਦਿਓ। ਹਮ ਉਹੀ ਐਲੋਵੀਰਾ ਦਾ ਪਲਪ ਕੱਢੋ। ਹਮ ਪਲਪ ਕੱਢ ਕੇ ਮੰਨ ਲਓ ਇੱਕ ਕੌਲੀ ਪਲਪ ਕੱਢ ਲਓ। ਉਹਦੇ ਵਿੱਚ ਇੱਕ ਕੌਲੀ ਹਲਦੀ ਪਾ ਲਓ ਉਹਨੂੰ ਚੰਗੀ ਤਰ੍ਹਾਂ ਮਹਿਸ਼ ਕਰਕੇ ਵਧੀਆ ਜਿਹਾ ਪੇਸਟ ਬਣਾ ਲਓ ਉਹ ਪੇਸਟ ਪੂਰਾ ਮੱਥੇ ਤੋਂ ਲੈ ਕੇ ਮੂੰਹ ਤੋਂ ਲੈ ਕੇ ਪੂਰੀ ਬਾਡੀ ਤੇ ਮਲ ਦਿਓ ਤੁਸੀਂ ਚੰਦ ਦਿਲਾ ਚ ਦੇਖੋਗੇ ਵੇਸਟ ਲਾਈਨ ਘਟਣੀ ਸ਼ੁਰੂ ਹੋ ਗਈ ਨਾਲੇ ਸਕਿਨ ਇੰਨੀ ਗਲੋ ਕਰੂਗੀ ਨਾਲੇ ਜਿਹੜੇ ਦਰਦ ਦਰਦ ਹੁੰਦੇ ਆ ਉਹ ਖਤਮ ਹੋਣਗੇ ਨਾਲੇ ਜਿਹੜਾ ਸਕਿਨ ਦੇ ਉੱਤੇ ਚਮਕ ਆਉਣੀ ਆ ਜਿਵੇਂ ਵਿਆਹ ਤੋਂ ਪਹਿਲਾਂ ਮਹਿੰਦੀ ਹਲਦੀ ਮਲਦੇ ਨੇ ਤੁਸੀਂ ਦੇਖਦੇ ਹੋ ਨਾ ਚਮਕ ਆ ਜਾਂਦੀ ਓਵੇਂ ਆਊਗੀ ਔਰ ਸਕਿਨ ਦਮਕਣ ਲੱਗ ਜੂਗੀ ਇਹਨੂੰ ਥੋੜੇ ਜਿਹੇ ਦਿਨ ਕਰਕੇ ਅੱਛਾ ਬਹੁਤਾ ਕਰਦੇ ਹੋ ਚ ਥੋੜੀ ਜੀ ਮਲਤਾਨੀ ਮਿੱਟੀ ਵੀ ਪਾ ਲਓ ਮਲਤਾਨੀ ਮਿੱਟੀ ਪਾਉਣ ਦੇ ਨਾਲ ਸਕਿਨ ਦੇ ਵਿੱਚ ਕਸਾਅ ਆਉਂਦਾ ਉਹ ਖਿੱਚ ਲੈਂਦੀ ਹੈ ਉਹਦੇ ਖਿੱਚਣ ਨਾਲ ਕੀ ਹੁੰਦਾ ਕਿ ਤੁਹਾਡੀ ਜਿਹੜੀ ਐਂਟੀ ਏਜਿੰਗ ਜਿਹੜੀਆਂ ਲੌਂਡਰੀ ਉਹ ਕਰੀਮਾਂ ਇੰਨੀਆਂ ਮਹਿੰਗੀਆਂ ਉਹਦਾ ਪਿਓ ਹੈ ਮਲਦਾਨੀ ਮਿੱਟੀ ਕੱਲੀ ਕੰਮ ਕਰ ਜਾਂਦੀ ਹੈ ਕਿਉਂਕਿ ਸਾਡੇ ਦੇਸ਼ ਦੀ ਮਿੱਟੀ ਉਹ ਕਮਾਲ ਦੀ ਚੀਜ਼ ਹੈ ਅਸੀਂ ਤਾਂ ਛੋਟੇ ਹੁੰਦੇ ਮਿੱਟੀ 'ਚ ਲਟ ਲਟ ਕੇ ਸੂਏ 'ਚ ਛਾਲਾ ਮਾਰ ਕੇ ਆਏ ਹੋਏ ਆ ਤੁਹਾਨੂੰ ਪਤਾ ਮਿੱਟੀ ਦਾ ਦਮ ਕਿੰਨਾ ਕਰਦਾ ਜੀ 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 ਬਿਲਕੁਲ ਚਲੋ ਆਪਾਂ ਇਸ ਵੀਡੀਓ ਦੇ ਜ਼ਰੀਏ ਇਹ ਤਾਂ ਦੱਸ ਦਿੱਤਾ ਕਿਹੜੀਆਂ ਚੀਜ਼ਾਂ ਖਾ ਕੇ ਪਤਲੇ ਹੋ ਸਕਦੇ ਆ ਤੇ ਇੱਥੇ ਹੁਣ ਇਹ ਵੀ ਦੱਸੋ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਜਿਸ ਦੇ ਨਾਲ ਮੋਟਾਪਾ ਬਹੁਤ ਜ਼ਿਆਦਾ ਵੱਧ ਜਾਂਦਾ ਇਹ ਤੁਹਾਡਾ ਸਵਾਲ ਬੜਾ ਪੁੱਠਾ ਕਿਉਂਕਿ ਲੋਕੀ ਕਹਿੰਦੇ ਸਾਨੂੰ ਖਾਣ ਤੋਂ ਨਾ ਰੋਕੋ ਬਸ ਬਿਲਕੁਲ ਅਸੀਂ ਖਾਣਾ ਹੀ ਖਾਣਾ ਅੱਛਾ ਜੇ ਅਸੀਂ ਰੋਕਦੇ ਆ ਤਾਂ ਮੈਂ ਤਾਂ ਇੱਕੋ ਗੱਲ ਕਹਿਣਾ ਹੁੰਦਾ ਵੀ ਜੋ ਮਰਜ਼ੀ ਖਾਓ ਪਰ ਆ ਚੀਜ਼ਾਂ ਖਾਓ ਜਿਹੜੀਆਂ ਮੈਂ ਕਹਿਣਾ ਜਿਹੜੀਆਂ ਮੈਂ ਨਹੀਂ ਦੱਸੀਆਂ ਉਹ ਖਾਣੀਆਂ ਹੀ ਨਹੀਂ ਇਟ ਮੀਨਜ਼ ਮਾਂ ਰਾਜਮਾ ਹਮ ਆਲੂ ਚਾਵਲ ਅਰਬੀ ਭਿੰਡੀ ਚਿੱਟੇ ਛੋਲੇ ਇਹ ਦੁਸ਼ਮਣ ਹੈ ਜੀ ਹਰੇਕ ਬੰਦੇ ਦੇ ਜਿਹਨੂੰ 슈ਗਰ ਹੋਗੀ ਅਰ ਜਿਹਨੂੰ ਜੋੜਾਂ ਦਾ ਦਰਦ ਹੈ ਜਿਹਨੂੰ ਮਟਾਪਾ ਹੈ ਉਹ ਤਿੰਨੇ ਮਰੀਜ਼ਾਂ ਤੇਨੂੰ ਬਿਲਕੁਲ ਵੀ ਹੱਥ ਨਾ ਲਾਇਆ ਕਰੋ ਬਾਕੀ ਜਿਹੜੇ ਤੰਦਰੁਸਤ ਨੇ ਉਹ ਖਾਇਆ ਕਰੋ ਚਾਵਲ ਦੇ ਨਾਲ ਰੋਟੀ ਜਿਹੜੇ ਮਰੀਜ਼ ਨੇ ਉਹਨਾਂ ਵਾਸਤੇ ਜਿਹੜੇ ਤੰਦਰੁਸਤ ਲੋਕ ਆ ਉਹਨਾਂ ਲਈ ਕੋਈ ਮਨਾਹੀ ਨਹੀਂ ਕੁਝ ਵੀ ਖਾਓ ਤੇ ਜਿਹੜੇ ਜਿਹਨਾਂ ਨੂੰ ਬਿਮਾਰੀ ਕੋਈ ਵੀ ਹੋ ਗਈ ਚਾਵਲ ਤੇ ਰੋਟੀ ਇਕੱਠੇ ਨਹੀਂ ਖਾਣੇ ਚਾਹੀਦੇ ਹਮ ਕਦੀ ਵੀ ਨਹੀਂ ਖਾਣੇ ਪਾਲਕ ਪਨੀਰ ਇਕੱਠਾ ਨਹੀਂ ਖਾਣਾ ਚਾਹੀਦਾ ਹਾ ਇੱਕ ਡਿਸ਼ ਹੈ ਉਹਨਾਂ ਲੋਕਾਂ ਵਾਸਤੇ ਜਿਹੜੇ ਤੰਦਰੁਸਤ ਲੋਕ ਨੇ ਤਾਂ ਇਹ ਥੋੜੀਆਂ ਜਿਹੀਆਂ ਚੀਜ਼ਾਂ ਬੰਦ ਕਰ ਰਹੀਆਂ ਨੇ ਬਾਕੀ ਤਰਬੂਜ ਖਰਬੂਜਾ ਕੋਈ ਕੋਈ ਸੇਬ ਸੰਤਰਾ ਕੋਈ ਵੀ ਫਰੂਟ ਤੁਹਾਨੂੰ ਮਨਾ ਨਹੀਂ ਹੈਗਾ ਜਿਹੜਾ ਮਰਜੀ ਫਰੂਟ ਖਾਓ ਪਰ ਕੋਈ ਫਰੂਟ ਹੈ ਜਾਂ ਨਹੀਂ ਹੈਗਾ ਜਿਹੜਾ ਵਜ਼ਨ ਵਧਾ ਦਿੰਦਾ ਚਲੋ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਬਹੁਤ ਸਾਰੇ ਸਵਾਲ ਵੀ ਅਕਸਰ ਆਉਂਦੇ ਨੇ ਸਾਡੇ ਕੋਲ ਕਿ ਸੁਭਾਸ਼ ਗੋਇਲ ਜੀ ਤੋਂ ਜ਼ਰੂਰ ਪਤਲੇ ਹੋਣ ਦਾ ਵੀ ਨੁਸਖਾ ਜ਼ਰੂਰ ਲਓ ਤੇ ਅੱਜ ਤੁਹਾਨੂੰ ਤੁਹਾਡੇ ਹੱਥ ਲੱਜੁ ਗਿਆ ਜੀ ਬਹੁਤ ਵਧੀਆ ਨੁਸਖਾ ਤੇ ਇਹਨੂੰ ਅਪਣਾਓ ਫਿੱਟ ਹੋਵੇ ਤੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਤੁਸੀਂ ਕਿੰਨਾ ਚਿਰ ਖਾਇਆ ਔਰ ਕਿੰਨਾ ਤੁਹਾਨੂੰ ਫਰਕ ਨਜ਼ਰ ਆਇਆ ਆਪਣੇ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਵੀ ਇੱਕ ਕਰੇਲੂ ਨੁਸਖੇ ਵੱਤ ਤੋਂ ਵੱਤ ਤੁਸੀਂ ਸ਼ੇਅਰ ਜ਼ਰੂਰ ਕਰੋ ਤੇ ਬਹੁਤ ਬਹੁਤ ਥੈਂਕਸ ਸਰ ਤੁਹਾਡਾ ਤੇ ਅੱਗੋ ਵੀ ਤੁਹਾਡੇ ਲਈ ਹੋਰ ਕਰੇਲੂ ਅਲੀ ਸਾਨੂੰ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ